ਇਹ ਬੀਅਰ ਹਾਊਸ ਦੇ ਇੰਸਪੈਕਟਰ ਨਰਮਲ ਸਿੰਘ ਵੱਲੋਂ ਸਾਨੂੰ ਕੰਪਲੇਂਟ ਮਿਲੀ ਸੀ 11 ਤਰੀਕ ਨੂੰ ਕਿ ਕਰੀਬ 1.5 ਲੱਖ ਦਾ ਜਿਹੜਾ ਉਹ ਸਕੈਮ ਹੋਇਆ ਸਾਡੇ ਬੀਅਰ ਹਾਊਸ ਡਿਪਾਰਟਮੈਂਟ ਦੇ ਵਿੱਚ ਜਿਹਦੇ ਵਿੱਚ ਦੋ ਮੁੱਖ ਦੋਸ਼ੀ ਗੁਰਜੰਟ ਸਿੰਘ ਅਤੇ ਸੁਰਿੰਦਰ ਕੁਮਾਰ ਨੇ ਅਤੇ ਜਿਨ੍ਹਾਂ ਨੇ 18,000 ਅਤੇ 122 ਗੱਟਿਆਂ ਦੀ ਜਿਹੜੀ ਉਹ ਜਾਲੀ ਬਿੱਲ ਬਣਾ ਕੇ ਅਤੇ ਸਾਡੇ ਕੋਲੋਂ ਜਿਹੜੀ ਉਹਦੀ ਪੇਮੈਂਟ ਆ ਉਹ ਹਾਸਲ ਕਰ ਲਈ। ਇਹਦੇ ਵਿੱਚ ਅਜੇ ਸਾਡੇ ਕੋਲ ਦੋ ਦੋਸ਼ੀ ਜਿਹੜੇ ਅਸੀਂ ਗ੍ਰਿਫਤਾਰ ਕਰ ਲਏ ਆ ਜਿਹੜੇ ਸਾਡੇ ਕੋਲ ਪੁਲਿਸ ਰਿਮਾਂਡ ਦੇ ਉੱਤੇ ਨੇ ਅਤੇ ਫਰਦਰ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ। ਨਹੀਂ ਉਹ ਸਾਰਾ ਅਜੇ ਤਫਤੀਸ਼ ਦਾ ਵਿਸ਼ਾ।